ਵਿਨਾ ਵਰਮਾ ਦੀ ਕਹਾਣੀ ਦੋ ਦੇਵੀਆਂ ਦਾ ਅਖੀਰਲਾ ਹਿੱਸਾ ਉਹਦਾ ਪਿਓ ਪਿਆਰਾ ਸਿੰਘ ਹੁਣ ਤੱਕ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਜਾ ਚੁੱਕਿਆ ਸੀ ਮਾਂ ਬਿਮਾਰ ਰਹਿੰਦੀ ਸੀ ਬਾਕੀ ਸਭ ਭੈਣ ਭਰਾ ਵਿਆਹੇ ਜਾ ਚੁੱਕੇ ਸੀ ਲਵਲੀ ਦੇ ਵਿਆਹ ਦੀ ਵਾਰੀ ਸੀ ਲਵਲੀ ਨੇ ਆਪਣੀ ਮਾਂ ਕੋਲ ਆਪਣੇ ਪਸੰਦ ਦੇ ਮੁੰਡੇ ਹਰਮੀਤ ਸਿੰਘ ਨਾਲ ਵਿਆਹ ਕਰਾਉਣ ਬਾਰੇ ਗੱਲ ਕੀਤੀ ਜੋ ਉਹਨਾਂ ਦੀ ਜਾਤ ਤੇ ਧਰਮ ਵਾਲਾ ਸੀ ਮੁੰਡੇ 'ਚ ਕੋਈ ਨੁਕਸ ਨਹੀਂ ਸੀ ਕਿ ਬਹੁਤ ਸੌ ਸੁਭਾ ਦਾ ਸੀ ਪਰ ਜਦੋਂ ਗਜਿੰਦਰ ਨੂੰ ਲਵਲੀ ਦੀ ਇਸ ਕਰਤੂਤ ਦਾ ਪਤਾ ਲੱਗਾ ਤੂੰ ਆਪੇ ਤੋਂ ਬਾਹਰ ਹੋ ਗਈ। ਕੁੱਤੀਏ ਬੇਸ਼ਰਮੀ ਆਪਣੇ ਪਿਓ ਦਾਦੀਆਂ ਦੀ ਇੱਜ਼ਤ ਨੂੰ ਮਿੱਟੀ 'ਚ ਮਿਲਾਏਂਗੀ। ਤੂੰ ਮੈਂ ਲਵ ਮੈਰਿਜ ਮੈਰਿਜਾਂ ਕਰਵਾ ਕੇ ਜਿਹੜੇ ਘਰ ਵਾਸਤੇ ਮੇਰੇ ਵਰਗੀ ਨੇ ساری ਉਮਰ ਲਗਾਤੀ ਤੂੰ ਉਹਨੂੰ ਇੱਕ ਝਟਕੇ ਨਾਲ ਖਤਮ ਕਰਨ ਤੇ ਤੋਲੀਂ। ਤੈਨੂੰ ਕਾਲਜ ਪੜਨ ਭੇਜ ਦੇਾਂ ਕਿ ਵਾਰਾਗਰਦੀ ਕਰਨ ਲਈ। ਪੜ੍ਹਾਈ ਕਰਦੀ ਹੈ ਕਿ ਆਸ਼ਕੀ ਉੱਥੇ ਜਾ ਕੇ ਬੇਸ਼ਰਮੀ ਸ਼ਰੀਫ ਘਰਾਂ ਦੀਆਂ ਕੁੜੀਆਂ ਇਹੋ ਜਿਹੇ ਗੰਦੇ ਕੰਮ ਨਹੀਂ ਕਰਦੀਆਂ ਹੁੰਦੀਆਂ ਜਿਹੜੇ ਤੂੰ ਕਰ ਰਹੀ ਹੈਂ ਗਜਿੰਦਰ ਨੇ ਉਹਨੂੰ ਗੁੱਤੋਂ ਫੜਿਆ ਜਿਆਦਾ ਸ਼ਰਾਫਤ ਨਾ ਭੰਗਾਰ ਮੇਰੇ ਤੇ ਵੱਡੀਆਂ ਸ਼ਰੀਫ ਜਾਦੀ ਮੈਂ ਜਾਣਦੀ ਆ ਤੈਨੂੰ ਚੰਗੀ ਤਰ੍ਹਾਂ ਜੋ ਖੇ ਤੂੰ ਖਾਂਦੀ ਰਹੀ ਹੈਂ ਆਪਣੀ ਸਹੇਲੀ ਨਾਲ ਤੁਸੀਂ ਕੀ ਸਮਝਦੀ ਹੋ ਕਿਸੇ ਨੂੰ ਪਤਾ ਨਹੀਂ ਕਿ ਤੁਸੀਂ ਆਪਸ ਵਿੱਚ ਕੀ ਗੰਦ ਘੋਲਦੀਆਂ ਮੈਂ ਕਿਸੇ ਮੁੰਡੇ ਨਾਲ ਪਿਆਰ ਕਰ ਲਿਆ ਜੋ ਕਿ ਕੁਦਰਤੀ ਹੈ ਤੂੰ ਇਹਨਾਂ ਵਿਰੋਧ ਕਰ ਰਹੀਆਂ ਤੇ ਖੁਦ ਕੁੜੀ ਹੋ ਕੇ ਕੁੜੀ ਨਾਲ ਆਸ਼ਕੀ ਕਰਦੀ ਰਹੀਆਂ ਭਲਾਈ ਕਿੱਥੋਂ ਦੀ ਸ਼ਰਾਫਤ ਸੀ ਕੋਈ ਪੁੱਛਣ ਦੱਸਣ ਵਾਲਾ ਨਹੀਂ ਨਾ ਸੀ ਕਿ ਉਹੋ ਜਿਹੀ ਹੁੰਦੇ ਨੇ ਜਿਵੇਂ ਕਿਸੇ ਮੁੰਡੇ ਕੁੜੀ ਦਾ ਰਿਸ਼ਤਾ ਸੰਭਲੇਂਗੀ ਸਬੰਧ ਹੋਵੇ ਸਿਰਫ ਬੱਚੇ ਹੀ ਪੈਦਾ ਨਹੀਂ ਕੀਤੇ ਜਾ ਸਕਦੇ ਬਾਕੀ ਸਭ ਕੁਝ ਦੋਸਤੀ ਦੇ ਪਰਦੇ ਛੇਠ ਆਸ਼ਕੀ ਹੁੰਦੀ ਹੈ ਦੋਸਤੀ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦੇ ਨੇ ਤੁਹਾਡੇ ਵਰਗੇ ਗੰਦੇ ਲੋਕ ਅਸੀਂ ਤਾਂ ਸਾਫ਼ ਸੁਥਰੇ ਹੁੰਨੇ ਹਾਂ ਲਵਲੀ ਨੇ ਕਈ ਸਾਲਾਂ ਤੋਂ ਦਿਲ ਪਰੇ علاوہ ਬਾਹਰ ਕੱਢਿਆ ਕੁੱਤੀਏ ਕੀ ਕਿਹਾ ਤੂੰ ਮੇਰੀ ਰੀਸ ਕਰ ਲੇਂਗੀ ਤੂੰ ਆਪਣੇ ਮਾਂ ਪਿਓ ਦੀ ਇੱਜ਼ਤ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਤੀ ਮੈਂ ਛੋਟੇ ਭੈਣ ਭਰਾਵਾਂ ਨੂੰ ਸੈੱਟ ਕਰਨ ਦੀ ਕੋਸ਼ਿਸ਼ 'ਚ ਸਾਰੀ ਉਮਰ ਲੱਗੀ ਰਹੀ ਵਿਆਹ ਨਹੀਂ ਕਰਾਇਆ ਤੇ ਅਜ ਆ ਨਾਮ ਦਿੰਨੀ ਐ ਤੂੰ ਮੈਨੂੰ ਚਰਿੱਤਰਹੀਣ ਗਜਿੰਦਰ ਨੇ ਲਵਲੀ ਦੇ ਮੂੰਹ ਤੇ ਕਈ ਥੱਪੜ ਮਾਰੇ ਕੁਰਬਾਨੀ ਨਹੀਂ ਸੀ ਉਹ ਆਪਣੀ ਬਦਮਾਸ਼ੀ ਨੂੰ ਤੁਸੀਂ ਕੁਰਬਾਨੀ ਦਾ ਰੂਪ ਦਿੱਤਾ ਸੀ ਦਾਦਾਗਰੀ ਚੱਲਦੀ ਸੀ ਤੁਹਾਡੀ ਬਾਕੀ ਭੈਣ ਭਰਾਵਾਂ ਦੇ ਕੀ ਵਿਆਹ ਹੋਏ ਨਹੀਂ ਫਿਰ ਤੁਸੀਂ ਕਿਉਂ ਕੁਵਾਰੀਆਂ ਰਹਿ ਗਈਆਂ ਮਾਮਾ-ਬਾਪ ਦੀ ਗਰੀਬੀ ਤੇ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਇਆ ਸੀ ਤੁਸੀਂ ਪਹਾੜ ਬਣ ਕੇ ਖੜੀਆਂ ਹੋ ਗਈਆਂ ਸੀ ਉਹਨਾਂ ਸਾਹਮਣੇ ਕਿ ਹਟਾ ਕੇ ਦਿਖਾਓ ਸਾਨੂੰ ਕਿਵੇਂ ਹਟਾਉਣੇ ਹੂੰ ਮੈਨੂੰ ਚਰਿੱਤਰਹੀਣ ਦੱਸਦੀ ਐ ਜ਼ਰਾ ਆਪਣਾ ਚਿਹਰਾ ਸ਼ੀਸ਼ੇ 'ਚ ਦੇ ਚੰਗੀ ਤਰ੍ਹਾਂ ਪਤਾ ਲੱਗ ਜੂ ਤੈਨੂੰ ਤੂੰ ਕਿੰਨੀ ਕਿ ਚਰਿੱਤਰਵਾਨ ਐ ਲਵਲੀ ਨੇ ਜੋ ਮੂੰਹ ਚਾਇਆ ਕਿਹਾ ਘਰ 'ਚ ਖੂਬ ਕਲੇਸ਼ ਹੋਇਆ ਤੇ ਕਈ ਦਿਨ ਚੱਲਦਾ ਰਿਹਾ ਪਰ ਗਜਿੰਦਰ ਨੇ ਲਵਲੀ ਦਾ ਵਿਆਹ ਉਹਦੀ ਪਸੰਦ ਦੇ ਮੁੰਡੇ ਨਾਲ ਨਾ ਹੋਣ ਦਿੱਤਾ ਸੁਗਬੜੀ ਛੇਤੀ ਕਲਕੱਤੇ ਚ ਰਹਿੰਦਾ ਕੋਈ ਵਪਾਰੀ ਮੁੰਡਾ ਜੋ ਲਵਲੀ ਤੋਂ 10 ਸਾਲ ਵੱਡਾ ਸੀ ਲਵ ਕੇ ਉਹਨੂੰ ਨੂੜ ਦਿੱਤਾ ਗਿਆ ਲਵਲੀ ਦੇ ਮਨ ਚ ਗਜਿੰਦਰ ਲਈ ਪਹਿਲਾਂ ਹੀ ਕਾਫੀ ਨਫ਼ਰਤ ਸੀ ਜੋ ਹੁਣ ਹੋਰ ਕਈ ਗੁਣਾ ਵੱਧ ਗਈ ਸੀ ਸਮਾਂ ਬੀਤਦਾ ਗਿਆ ਗਜਿੰਦਰ ਤੇ ਮੇਨਕਾ ਰਿਟਾਇਰ ਹੋ ਗਏ ਸੀ ਗਜਿੰਦਰ ਆਪਣੀ ਬੁੱਢੀ ਮਾਂ ਕੋਲ ਰਹਿਣ ਲੱਗ ਪਈ ਇਹੋ ਹਾਲ ਮੇਨਕਾ ਦਾ ਵੀ ਸੀ ਉਹਦੇ ਸਾਰੇ ਭੈਣ ਭਰਾ ਵਿਆਹੇ ਜਾ ਚੁੱਕੇ ਸੀ ਤੇ ਮਾਂ ਬਾਪ ਸੁਰਗਵਾਸ ਹੋ ਗਏ ਸੀ ਦੋਵਾਂ ਨੇ ਸਿਰਾਂ ਦੋਵਾਂ ਦੇ ਸਿਰਾਂ ਤੋਂ ਦੋਸਤੀ ਰਿਆਸ਼ਕੀ ਦਾ ਭੂਤ ਉਤਰ ਗਿਆ ਸੀ। ਜਵਾਨੀ ਦਾ ਸੂਰਜ ਢਲ ਗਿਆ ਸੀ ਤੇ ਬੁਢੇਪੇ ਦੇ ਹਨੇਰਿਆਂ ਨੇ ਡਰਾਉਣਾ ਸ਼ੁਰੂ ਕਰਤਾ ਸੀ। ਸਰੀਰ ਕਮਜ਼ੋਰ ਹੋ ਰਹੀ ਸੀ। ਹੱਡ ਗੋਡੇ ਜਵਾਬ ਦੇ ਰਹੇ ਸੀ ਦੋਵਾਂ ਦੇ। ਨਵੇਂ ਕਦੀ ਕਦਾਈਂ ਆਪਸ ਵਿੱਚ ਮਿਲਦੀਆਂ। ਪਹਿਲਾਂ ਵਾਲੀ ਗਰਮ ਜੋਸ਼ੀ ਤੇ ਚਾਹ ਖਤਮ ਹੋ ਗਿਆ ਸੀ। ਇਹ ਕੱਲ ਪੁਣੇ ਤੇ ਸਿਹਤ ਢਿੱਲੀ ਹੋਣ ਕਾਰਨ ਹੁਣ ਉਹ ਆਪਣੇ ਭੈਣ ਭਰਾਵਾਂ ਦੇ ਘਰਾਂ ਚ ਆਸਰਾ ਭਾਲਦੀਆਂ ਸੀ। ਪਰ ਕੋਈ ਵੀ ਉਹਨਾਂ ਨੂੰ ਰੱਖਣ ਲਈ ਤਿਆਰ ਨਹੀਂ ਸੀ। ਜਿਹੜੇ ਭੈਣ ਭਰਾਵਾਂ ਦੇ ਜੀਵਨ ਬਣਾਉਣ ਚ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਰੋੜਤੀ ਸੀ ਉਹਨਾਂ ਦੇ ਨੇੜੇ ਆਉਣ ਤੋਂ ਵੀ ਖबराਉਂਦੇ ਸੀ ਡਰਦੇ ਸੀ ਕਿਤੇ ਉਹ ਹਮੇਸ਼ਾ ਲਈ ਉਹਨਾਂ ਦੇ ਗਲ ਨਾ ਪੈ ਜਾਣ ਤੇ ਜੇ ਭਤੀਜੀਆਂ ਤੇ ਭਾਂਜੇ ਭਾਂਜੀਆਂ ਜਿਨ੍ਹਾਂ ਦੇ ਵਿਆਹਾਂ ਚ ਮੋٹے ਮੋٹے ਸ਼ਗਨ ਦੇ ਕੇ ਫਖਰ ਮਹਿਸੂਸ ਕਰਦੀਆਂ ਸੀ ਉਹ ਹੁਣ ਉਹਨਾਂ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਸੀ ਪਰਜਾਈਆਂ ਦਾ ਰਵੱਈਆ ਸਭ ਤੋਂ ਵੱਧ ਬੁਰਾ ਸੀ ਦੋਵਾਂ ਦੀਆਂ ਪਰਜਾਈਆਂ ਕਦੇ ਇਕੱਠੀਆਂ ਹੋ ਜਾਂਦੀਆਂ ਤਾਂ ਖੂਬ ਚੁਗਲੀਆਂ ਕਰਦੀਆਂ ਦੋਵਾਂ ਦੀ ਰਿਟਾਇਰਮੈਂਟ ਦੇ ਪੈਸੇ ਭਰਾ ਲੈ ਕੇ ਖਾ ਗਏ ਪਰ ਪਰਜਾਈਆਂ ਇੰਜ ਜ਼ਾਹਰ ਕਰਦੀਆਂ ਜਿਵੇਂ ਉਹਨਾਂ ਦਾ ਇਸ ਲੈਂਡ ਦੇ ਨਾਲ ਕੋਈ ਵਾਸਤਾ ਹੀ ਨਾ ਹੋਵੇ। ਮੇਰੇ ਘਰ ਦਾ ਗੁਜ਼ਾਰਾ ਹੈ ਨਹੀਂ ਇਸ ਹਨੇਰੀ ਦਾ। ਧੌਲਾ ਛੱਟਾ ਅਕਲ ਦਾ ਘਾਟਾ। ਮੇਰੀਆਂ ਨੂਹਾਂ ਤੇ ਰੋਪ ਝਾੜਦੀ ਐ। ਜਵਾਈ ਭਾਈ ਨੂੰ ਚੰਗਾ ਮੰਦਾ ਬੋਲਦੀ ਐ। ਅਸੀਂ ਤਾਂ ਸਹਾਰੀ ਜਾਂਦੀ ਸੀ ਪਰ ਬੱਚਿਆਂ ਨੂੰ ਕੀ ਪਤਾ ਵੀ ਭੂਆ ਨੇ ਪਰਿਵਾਰ ਲਈ ਕੀ ਕੀਤਾ। ਉਹਨਾਂ ਤੇ ਕਾਦਾ ਆਸਾਨ ਹੈ ਭਲਾ। ਕੁਰਬਾਨੀ ਕੀਤੀ ਹੋਊ ਆਪਣੇ ਮਾਪਿਓ ਲਈ ਪਰ ਸਾਡੇ ਗੱਲ ਕਿਉਂ ਪੈਂਦੀਆਂ ਨੇ ਹੁਣ? ਸਾਰੀ ਉਮਰ ਚ ਉਧਰ ਕੀਤੀ ਐ ਫਿਰ ਕਿਸੇ ਦੀ ਇਹਨ ਕਿਵੇਂ ਮੰਨਣ ਗਈਆਂ ਐ। ਪਹਿਲਾਂ ਤਾਂ ਯਾਰੀਆਂ ਦੇ ਚੱਕਰ 'ਚ ਵਿਆਹ ਨਹੀਂ ਕਰਾਇਆ ਹੁਣ ਸਾਰੀ ਗਰਮੀ ਨਿਕਲ ਗਈ ਪਰ ਆਕੜ ਨਹੀਂ ਗਈ ਅਖੇ ਰੱਸੀ ਜਲ ਗਈ ਬਲ ਨਹੀਂ ਗਿਆ ਗਜेंद्र ਦੀ ਭਾਬੀ ਕਹਿੰਦੀ ਲਾਹੌਰ ਕੀ ਸਾਡੇ ਘਰ ਤਾਂ ਰੋਜ਼ ਹੀ ਮਹਾਭਾਰਤ ਹੁੰਦੀ ਹੈ ਵੀ ਮੇਨਕਾ ਨੂੰ ਘਰੇ ਰੱਖਣਾ ਮੈਨੂੰ ਤਾਂ ਸੁਹਾਗ ਰਾਤ ਨੂੰ ਹੀ ਮੇਰੇ ਆਦਮੀ ਨੇ ਦੱਸਦਾ ਸੀ ਵੀ ਸਾਡੇ ਘਰ 'ਚ ਜੋ ਹੁੰਦਾ ਹੈ ਮੇਨਕਾ ਰਾਣੀ ਦੀ ਮੋਹਰ ਲੱਗਣ ਪਿੱਛੋਂ ਹੀ ਕਾਨੂੰਨ ਬਣਦਾ ਮੈਂ ਤਾਂ ਉਦੋਂ ਹੀ ਸਮਝ ਗਈ ਸੀ ਵੀ ਇਹ ਵੇੜੇ ਦਾ ਪਿੱਪਲ ساری ਉਮਰ ਪੂਜਣਾ ਪਊ ਵਿਆਹ ਪਿੱਛੋਂ 20 ਸਾਲ ਮੇਰੇ ਪੈਰ ਨਹੀਂ ਲੱਗਣ ਦਿੱਤੇ ਇਸ ਬਿਘਿਆੜੀ ਨੇ ਰੋਜ਼ ਭਰਾ ਦੇ ਕੰਨ ਪਰਦੀ ਸੀ ਮੇਰਾ ਤਲਾਕ ਕਰਾਉਣ ਨੂੰ ਫਿਰਦੀ ਸੀ ਜਿਹੜਾ ਮੈਂ ਨਰਕ ਕਟਿਆ ਉਹ ਮੈਂ ਹੀ ਜਾਣਦੀ ਆ ਮੈਂ ਤਾਂ ਕਦੇ ਦੇਖਿਆ ਨਹੀਂ ਕਿਸੇ ਭੈਣ ਭਰਾ ਦਾ ਆਪਸ 'ਚ ਇੰਨਾ ਪਿਆਰ ਜਿੱਥੇ ਬੰਦਾ ਭੈਣ ਨੂੰ ਤੀਵੀ ਤੋਂ ਵੱਧ ਮੰਨਦਾ ਹੋਏ ਮੈਂ ਤਾਂ ਮੱਸਾਂ ਵੱਸੀਆਂ ਭੈਣੇ ਇਸ ਮੁਲਾਮਤ ਨੂੰ ਘਰੇ ਵੜ ਕੇ ਆਪਣਾ ਘਰ ਨਹੀਂ ਪਟਣਾ ਮੈਂ ਮੈਂ ਤਾਂ ਕਹਿ ਰੱਖਿਆ ਆਪਣੇ ਆਤਮੀ ਨੂੰ ਵੀ ਜਿੱਦਣੇ ਮੇਰੇ ਘਰ ਰਹਿਣ ਆ ਗਈ ਮੈਂ ਉਸੇ ਦਿਨ ਭਾਖੜੇ 'ਚ ਛਾਲ ਮਾਰ ਦੂੰ ਕੋਈ ਖੂ ਖਾਤਾ ਗੰਦਾ ਕਰਦੂ ਮੇਰੇ ਮੁੰਡੇ ਮੇਰੇ ਨਾਲ ਨੇ ਉਹਨਾਂ ਨੇ ਆਪੇ ਉਹਨੂੰ ਚੰਗੇ ਤਰ੍ਹਾਂ ਸਮਝਾਇਆ ਹੋਇਆ ਬਿਠਾ ਕੇ ਵੀ ਕੋਈ ਭੂਆ ਸਾਡੇ ਘਰ ਨਹੀਂ ਵੜ ਸਕਦੀ ਮੇਨਕਾ ਤਾਂ ਬਿਲਕੁਲ ਹੀ ਨਹੀਂ ਆ ਸਕਦੀ ਮੇਨਕਾ ਦੀ ਭਾਬੀ ਨੇ ਜਿਵੇਂ ਆਪਣੇ ਘਰ ਦੀ ਸਖਤ ਵੀਜ਼ਾ ਪ੍ਰਣਾਲੀ ਬਾਰੇ ਦੱਸਿਆ ਕਿ ਉੱਥੇ ਕਿਸ ਦਾ ਦਾਖਲਾ ਹੋ ਸਕਦਾ ਕਿਹਦੀ ਮਨਾਈ ਸੀ ਇਹ ਤਾਂ ਭੈਣੇ ਕਸ਼ਮੀਰ ਵਾਂਗੂ ਬੜਾ ਪੁਰਾਣਾ ਮਸਲਾ ਹੈ ਨਰੂ ਵਿੰਦਰਾ ਗਾਂਧੀ ਤੇ ਵਾਜਪਾਈ ਵਰਗੇ ਮਤਲਬ ਵੱਡੇ ਵੱਡੇ ਤਨੰਤਰ ਇਹਨੂੰ ਹੱਲ ਨਹੀਂ ਕਰ ਸਕੇ ਫਿਰ ਆਪਾਂ ਕੀ ਦੀਆਂ ਪਾਣੀ ਹਾਰਾ ਦੂਰੇ ਮੱਥਾ ਟੇਕੋ ਇਹ ਨਾ ਦੇਵੀਆਂ ਨੂੰ ਟਾਈਪਲਾ ਤੀਜੀ ਪੀੜੀ ਭੁਗਤ ਰਹੀ ਹੈ ਇਹਨਾਂ ਦੀਆਂ ਕਰਤੂਤਾਂ ਦੇ ਨਤੀਜੇ ਹਾਲੇ ਪਤਾ ਨਹੀਂ ਅੱਗੇ ਕਿੰਨੇ ਸਾਲ ਹੋਰ ਭੁਗਤਾਂਗੇ ਗਜेंद्र ਦੀ ਭਾਬੀ ਮੱਥੇ ਤੇ ਹੱਥ ਮਾਰਦੀ ਭਾਬੀਆਂ ਭਰਾਵਾਂ ਸਾਹਮਣੇ ਵੀ ਖੁੱਲ ਕੇ ਦੋਵਾਂ ਸਹੇਲੀਆਂ ਖਿਲਾਫ ਬੋਲਦੀਆਂ ਤੇ ਚਿਪਚਾਪ ਸੁਣਦੇ ਰਹਿੰਦੇ ਗਜेंद्र ਦੀ ਮਾਂ ਵੀ ਪੂਰੀ ਹੋ ਗਈ ਤਾਂ लवली ਦੇ ਘਰ ਚ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗ ਪਈ लवली ਨੂੰ ਫੁੱਟੀ ਅੱਖ ਨਹੀਂ ਪਉਂਦੀ ਸੀ ਉਹ ਪਰ ਖੂਨ ਦਾ ਰਿਸ਼ਤਾ ਹੋਣ ਕਰ ਨੂੰ ਤੋਂ ਗਰੁੱਲਦੀ ਵੀ ਦੇਖੀ ਨਹੀਂ ਜਾਂਦੀ ਸੀ ਜਿੰਨੀ ਕਮਾਈ ਸੀ ਸਾਰੀ ਭਰਾਵਾਂ ਪਰਜਾਈਆਂ ਤੇ ਲੁਟਾਤੀ ਹੁਣ ਠੰਡ ਠੰਡ ਗੋਪਾਲ ਕਰਕੇ ਮੇਰੇ ਪੱਲੇ ਮੜਤੀ ਮਲਾਈ ਆਪ ਖਾ ਗਏ ਲਾ ਕੇ ਤੇ ਫੋਕੀ ਲੱਸੀ ਮੈਨੂੰ ਦੇਤੀ लवली ਭਰਾਵਾਂ ਨੂੰ ਰੋਜ਼ ਕੋਸਦੀ ਸੀ ਕੋਈ ਹੋਰ ਵੀ ਲੈ ਜੋ ਇਹਨੂੰ 4 ਦਿਨ ਜਾਂ ਫਿਰ ਸਾਰੀ ਉਮਰ ਮੈਨੂੰ ਹੀ ਦੱਦ ਲੱਗੀ ਰਹੂਗੀ ਇਹ लवली ਅਕਸਰ ਭੈਣ ਭਰਾਵਾਂ ਨੂੰ ਫੋਨ ਕਰਕੇ ਕਹਿੰਦੀ ਨਾ ਭੈਣੇ ਮੇਰੀ ਤਾਂ ਸੱਸ ਬਹੁਤ ਭੈੜੀ ਐ ਮੈਂ ਤਾਂ ਲਜਾ ਨਹੀਂ ਸਕਦੀ ਇੱਕ ਭੈਣ ਜਵਾਬ ਦਿੰਦੀ ਨਾ ਭਾਈ ਮੇਰਾ ਤਾਂ ਆਦਮੀ ਚੱਜਦਾ ਨਹੀਂ ਮੇਰੀ ਤਾਂ ਘਰ ਚ ਢੱਕਾ ਨਹੀਂ ਚੱਲਦੀ ਦੂਜੀ ਭੈਣ ਆਪਣਾ ਪੱਲਾ ਛਾੜਦੀ ਸਾਡਾ ਤਾਂ ਘਰ ਬਹੁਤ ਛੋਟਾ ਹੈ ਆਪਣੀ ਟੱਬਰ ਦੇ ਰਹਿਣ ਲਈ ਵੀ ਥਾਂ ਨਹੀਂ ਇਹਨੂੰ ਕਿੱਥੇ ਰੱਖਾਂਗੇ ਤੀਜੀ ਭੈਣ ਆਪਣੀ ਮਜਬੂਰੀ ਦੱਸਦੀ ਤੇ ਗੱਲ ਮੁੱਕ ਮੁਕਾ ਕੇ ਉੱਥੇ ਪਹੁੰਚ ਜਾਂਦੇ ਗਜੇਂਦਰ ਨੂੰ ਲਿਜਾਣ ਲਈ ਕੋਈ ਤਿਆਰ ਨਹੀਂ ਹੁੰਦਾ ਸੀ ਤੇ ਉਹ ਹਮੇਸ਼ਾ ਲਈ ਲਵਲੀ ਦੀ ਗੱਲ ਪੈ ਗਈ ਲਵਲੀ ਦਾ ਵਿਆਹ ਹੋਏ ਨੂੰ ਭਾਵੇਂ ਕਈ ਸਾਲ ਹੋ ਗਏ ਸੀ ਉਹਦੇ ਬੱਚੇ ਵੀ ਜਵਾਨ ਸੀ ਪਰ ਉਹ ਹਾਲੇ ਤੱਕ ਆਪਣੇ ਪਹਿਲੇ ਪਿਆਰ ਨੂੰ ਭੁੱਲੀ ਨਹੀਂ ਸੀ ਜਿਹਨੂੰ ਤੋੜਨ ਚ ਗਜੇਂਦਰ ਨੇ ਮੁੱਖ ਭੂਮਿਕਾ ਨਿਭਾਈ ਸੀ ਗਜੈਂਦਰ ਨੂੰ ਆਪਣੇ ਪਿਆਰ ਦੀ ਕਾਤਲ ਸਮਝਦੀ ਸੀ ਉਹ ਤੇ ਜਦੋਂ ਵੀ ਮੌਕਾ ਮਿਲਦਾ ਉਹਨੂੰ ਖੂਬ ਖਰੀਆਂ ਖੋਟੀਆਂ ਸੁਣਾਉਂਦੀ ਸੀ ਲਵਲੀ ਦੀ ਕੁੜੀ ਪਿੰਕੀ ਦੀ ਦੋਸਤੀ ਇੱਕ ਬੰਗਾਲੀ ਮੁੰਡੇ ਨਾਲ ਹੋ ਗਈ ਇੱਕ ਦੋ ਵਾਰੀ ਉਹ ਮੁੰਡਾ ਉਹਨਾਂ ਦੇ ਘਰ ਆਇਆ ਗਜੈਂਦਰ ਤੋਂ ਬਰਦਾਸ਼ਤ ਨਾ ਹੋਇਆ ਉਹਨੇ ਲਵਲੀ ਨੂੰ ਆਪਣੇ ਕੋਲ ਬਿਠਾ ਕੇ ਨਸੀਅਤ ਦੇਣੀ ਚਾਹੀ ਅਕਾਲਾ ਜ ਬੰਗਾਲੀ ਮੁੰਡਾ ਤੇਰੀ ਕੁੜੀ ਨਾਲ ਧੋਰਿਆ ਫਿਰਦਾ ਜੇ ਕੱਲ ਨੂੰ ਕੋ ਚੰਦ ਚੜ੍ਹਦਾ ਫੇਰ ਗਜੈਂਦਰ ਨੇ ਹਾਲੇ ਗੱਲ ਸ਼ੁਰੂ ਹੀ ਕੀਤੀ ਸੀ ਲਵਲੀ ਉੱਛਲ ਪਈ ਖਬਰਦਾਰ ਜੇ ਮੇਰੀ ਤੀ ਵਾਰ ਇੱਕ ਲਫ਼ਜ਼ ਵੀ ਕਿਹਾ ਮੇਰੀ ਧੀ ਦੀ ਬਲੀ ਨਹੀਂ ਦੇਣੀ ਮੈਂ ਝੂਠੀ ਖਾਨਦਾਨੀ ਸ਼ਾਨ ਵਾਸਤੇ ਆਪਣੇ ਬਾਗ ਉਹ ਜਿੱਥੇ ਚਾਹੇਗੀ ਮੈਂ ਉੱਥੇ ਉਹਦਾ ਵਿਆਹ ਕਰੂੰਗੀ ਭਾਵੇਂ ਉਹ ਬੰਗਾਲੀ ਹੋਵੇ ਚਾਹੇ ਮਦਰਾਸੀ ਹੋਵੇ ਤੇ ਬੇਸ਼ੱਕ ਯੂਪੀ ਦਾ ਕੋਈ ਭਈਆ ਹੀ ਕਿਉਂ ਨਾ ਹੋਵੇ ਤੂੰ ਕੌਣ ਹੋਨੀ ਹੈ ਮੇਰੇ ਘਰ ਦੇ ਮਾਮਲਿਆਂ 'ਚ ਦਖਲ ਦੇਣ ਵਾਲੀ ਤੇਰਾ ਮਨੂਸ ਸਾਯਾ ساری ਉਮਰ ਮੇਰੀ ਜ਼ਿੰਦਗੀ ਤੇ ਪਿਆਰਿਆ ਪਰ ਅੱਗੋਂ ਮੈਂ ਆਪਣੀ ਔਲਾਦ ਤੇ ਨਹੀਂ ਪੈਣ ਦੇਣਾ ਆਪਣੇ ਬੱਚਿਆਂ ਦੇ ਸੁਪਨੇ ਸੁਆ ਨਹੀਂ ਕਰਨੇ ਮੈਂ ਤੇਰੇ ਪਿੱਛੇ ਲੱਗ ਕੇ ਮੇਰੇ ਘਰ 'ਚ ਤੇਰੀ ਡਿਕਟੇਟਰਸ਼ਿਪ ਨਹੀਂ ਚੱਲਣੀ ਆਪਣੀ ਲੁਤਰੋ ਨੂੰ ਸਾਹਮਣੇ ਰੱਖ ਜੇ ਜ਼ਿਆਦਾ ਬੋਲੀ ਤਾਂ ਉਸੇ ਦਿਨ ਪੰਜਾਬ ਮੇਲ ਚ ਚੜਾ ਦੂੰਗੀ ਤੈਨੂੰ ਸਿੱਧੀ ਬਠਿੰਡੇ ਵੱਜੇਗੀ ਜਾ ਕੇ ਸਮਝੀ ਲਵਲੀ ਦੀ ਆਵਾਜ਼ ਕੰਨ ਪਾੜ ਗਈ ਸੀ ਗੁੱਸੇ ਕਿਉਂ ਨਹੀਂ ਹੈ ਮੈਂ ਤਾਂ ਤੇਰੀ ਧੀ ਦੀ ਭਲਾਈ ਲਈ ਕਿਹਾ ਸੀ ਪਰ ਅੱਜ ਕੱਲ ਭਲੇ ਦਾ ਜਮਾਨਾ ਨਹੀਂ ਰਿਹਾ ਗਜਿੰਦਰ ਨੂੰ ਉਮੀਦ ਨਹੀਂ ਸੀ ਵੀ ਲਵਲੀ ਇਹਨੂੰ ਇੰਨਾ ਕੌੜਾ ਬੋਲੇਗੀ ਖੂਚ ਗਿਆ ਤੇਰਾ ਭਲਾ ਮੇਰਾ ਵੀ ਭਲਾ ਕੀਤਾ ਹੋਣਾ ਤੂੰ ਹਿਰੇਰਗਾ ਹਾਨ ਪ੍ਰਵਾਨ ਦਾ ਮੁੰਡਾ ਜਿਹੜਾ ਮੂੰਹ ਮੰਗ ਕੇ ਮੇਰਾ ਰਿਸ਼ਤਾ ਲੈਂਦਾ ਸੀ ਤੇਰੇ ਨੱਕ ਨਹੀਂ ਆਇਆ ਤੇ ਇੱਕ ਬੁੜੇ ਖੁੰਡ ਨਾਲ ਮੈਨੂੰ ਵਿਆਹ ਕੇ ਤੇਰੇ ਕਾਲਜੇ 'ਚ ਠੰਡ ਪੈ ਗਈ ਕਿਹੋ ਜੀ ਭੈਣਾ ਤੂੰ ਡੈਣ ਵੀ ਚੰਗੀ ਹੁੰਦੀ ਹੋਣੀ ਆ ਤੇਰੇ ਨਾਲ ਲਵਲੀ ਦਾ ਗਲਾ ਭਰ ਆਇਆ ਲੈ ਤੇਰੇ ਆਦਮੀ ਨੂੰ ਕੀ ਹੋਇਆ ਭਲਾ ਕਿੰਨਾ ਪੈਸੇ ਵਾਲਾ ਗਜੈਂਦਰ ਨੇ ਸਮਝਾਉਣਾ ਚਾਹਿਆ ਬਸ ਸਿਰਫ ਪੈਸੇ ਵਾਲੀ ਵੇਖਿਆ ਤੁਸੀਂ ਮੇਰੇ ਤੋਂ 10 ਸਾਲ ਵੱਡਾ ਦਮੇ ਦਾ ਮਰੀਜ਼ ਨਹੀਂ ਦਿਖਿਆ ਪਹਿਲੀ ਰਾਤ ਹੀ ਲੁੜਕ ਗਿਆ ਸੀ ਸਾਥ ਚੜਨ ਨਾਲ ਪਰ ਤੈਨੂੰ ਵੀ ਪਤਾ ਆਦਮੀ ਦਾ ਸੁੱਕ ਕੀ ਹੁੰਦਾ ਤੂੰ ਤਾਂ ਤੀਵੀਂ ਨਾਲ ਹੀ ਲੱਗੀ ਰਹੀ ਸਾਰੀ ਉਮਰ ਕਿ ਮੈਨੂੰ ਪਤਾ ਮੈਂ ਕਿਵੇਂ ਕੱਟੀ ਐ ਜ਼ਿੰਦਗੀ ਕਿਸੇ ਨਰਕ ਕੁੰਭ ਤੋਂ ਘੱਟ ਨਹੀਂ ਹੋਣੀ ਮਰਨ ਤਾਂ ਬੁੜੇ ਨਾਲ ਆਪਣੀ ਜ਼ਿੱਦ ਬਗਾਉਣ ਲਈ ਹੀਰ ਵਰਗਾ ਮੁੰਡਾ ਸੀ ਹਰਮੀਤ ਜਿਹੜਾ ਭੁਲਾਇਆ ਨਹੀਂ ਭੁੱਲਦਾ ਇਸ ਬੁੜੇ ਗਧੌੜ ਨਾਲ ਨੂੜਦਾ ਮੈਨੂੰ ਮੇਰੀ ਜ਼ਿੰਦਗੀ ਬਰਬਾਦ ਕਰਨ ਵਾਲੀ ਤੂੰ ਹੀ ਐ लवली ਰੋ ਰਹੀ ਸੀ ਚੱਲ ਕੋਈ ਨਹੀਂ ਗਜੇਂਦਰ ਨੇ ਉਹਨੂੰ ਚੁੱਪ ਕਰਾਉਣਾ ਚਾਹਿਆ ਚੱਲ ਕੋਈ ਨਹੀਂ ਤਾਂ ਤੇਰੇ ਲਈ ਐ ਮੈਨੂੰ ਪੁੱਛ ਕੇ ਦੇਖ ਬਈ ਕੀ ਬੀਤੀ ਐ ਮੇਰੇ ਤੇ ਸਾਰੀ ਉਮਰ ਤੇਰੇ ਬੀਜੇ ਕੰਡੇ ਚੁਗੇ ਨੇ ਮੈਂ ਮੁਰ ਤੋਂ ਮੇਰੀ ਧੀ ਦੇ ਮਗਰ ਪੈ ਗਈ ਵੀ ਕਿਤੇ ਉਹ ਨਿਆਣੀ ਖੁੱਲ ਕੇ ਸਾਹ ਨਾ ਲੈ ਲਵੇ ਖਬਰਦਾਰ ਜੇ ਉਹਦੀ ਜ਼ਿੰਦਗੀ 'ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਮੇਰ ਤੋਂ ਬੁਰਾ ਕੋਈ ਨਹੀਂ ਹੋਣਾ लवली ਨੇ ਉਂਗਲੀ ਸਿੱਧੀ ਕਰਕੇ ਚੇਤਾਵਨੀ ਦਿੱਤੀ ਨਾ ਮੈਂ ਕਿਹੜਾ ਕਿਸੇ ਦਾ ਬੁਰਾ ਚਿਤਵਦੀ ਆ ਐਵੇਂ ਮੂੰਹ ਨਿਕਲ ਗਿਆ ਗਜੇਂਦਰ ਨੂੰ ਪਿੱਛਾ ਛਡਾਉਣਾ ਔਖਾ ਹੋ ਗਿਆ ਐਵੇਂ ਉਵੇਂ ਨਹੀਂ ਨਿਕਲਦਾ ਮੂੰਹ 'ਚ ਉਹ ਕਿਸੇ ਦੇ ਕੁਸ ਇਹ ਸਭ ਉਹ ਸੋਚੀਆਂ ਸੰਮੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਆਪਣੀ ਵਾਰੀ ਖੂਬ ਮਨਮਰਜ਼ੀਆਂ ਕੀਤੀਆਂ ਦੂਜਿਆਂ ਵੇਲੇ ਗਿਆਨ ਸ਼ਾਸਤਰ ਖੋਲ ਲਿਆ ਕੀੜੇ ਪੰਦੇ ਹੁੰਦੇ ਨੇ ਤੇਰੇ ਅਰਗੀਆਂ ਡੈਣਾ ਦੇ ਫਫੇ ਕੁੱਟਣੀ ਕਿਸੇ ਜਹਾਨ ਦੀ ساری ਉਮਰ ਮੇਰੇ ਤੇ ਹਕੂਮਤ ਛਾੜਦੀ ਰਹੀ ਹੁਣ ਨਹੀਂ ਚੱਲਣੀ ਤੇਰੀ ਚਾਦਰ ਕਿਤੇ ਚੁੱਪਾ ਕਰਕੇ ਬੈਠੀ ਰਹਿ ਲਵਲੀ ਬੰਗਾਲ 'ਚ ਰਹਿਣ ਕਰਕੇ ਭਾਵੇਂ ਬੰਗਾਲੀ ਤੇ ਹਿੰਦੀ ਭਾਸ਼ਾ ਚੰਗੇ ਤਰ੍ਹਾਂ ਬੋਲਣੀ ਸਿੱਖ ਗਈ ਸੀ ਪਰ ਜਦੋਂ ਲੜਦੀ ਸੀ ਤਾਂ ਠੇਢ ਪੰਜਾਬੀ ਬੋਲਦੀ ਸੀ ਗਜਿੰਦਰ ਦੀਆਂ ਅੱਖਾਂ ਦੋਵੇਂ ਅੱਖਾਂ 'ਚ ਮੋਤੀ ਉਤਰ ਆਇਆ ਸੀ ਪਰ ਕੋਈ ਵੀ ਉਹਦਾ ਇਲਾਜ ਕਰਵਾਉਣ ਲਈ ਤਿਆਰ ਨਹੀਂ ਸੀ ਮੇਨਿਕਾ ਵੀ ਮੇਨ ਕ ਵੀ ਪੌੜੀਆਂ ਚ ਡਿੱਕੇ ਗੋਡਾ ਤੜਵਾ ਬੈਠੀ ਸੀ ਤੇ ਉਹਦੀ ਵੀ ਕੋਈ ਸਾਰ ਨਹੀਂ ਲੈਂਦਾ ਸੀ ਉਹ ਵੀ ਕਿਰਾਏ ਦੇ ਫਲੈਟ ਚ ਇਕੱਲੀ ਰਹਿਣ ਦੇ ਮਜਬੂਰ ਸੀ ਦੋਵਾਂ ਪੱਲੇ ਕੱਖ ਨਹੀਂ ਬਚਿਆ ਸੀ ਜਿਸ ਨਾਲ ਉਹ ਆਪਣਾ ਬੁੱਢੇ ਪਾ ਘਟ ਸਕਦੀਆਂ ਕਦੇ ਕਦੇ ਫੋਨ ਤੇ ਗੱਲ ਕਰਕੇ ਉਹ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਂਦੀਆਂ ਸੀ ਇਸੇ ਤਰ੍ਹਾਂ ਇੱਕ ਦਿਨ ਉਹ ਗੱਲਾਂ ਕਰ ਰਹੀਆਂ ਸੀ ਕਿ ਆਪਸ ਚ ਖਿੱਚ ਪਈਆਂ ਹੁਣ ਪਛਤਾਉਂਦੀ ਆ ਮੈਂ ਕਿ ਕਿਉਂ ਤੇਰੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਜੇ ਬਾਕੀ ਭੈਣ ਭਰਾਵਾਂ ਮੰਗ ਵਿਆਹ ਕਰਾ ਕੇ ਘਰ ਬਸਾਇਆ ਹੁੰਦਾ ਤਾਂ ਅੱਜ ਕੱਲੀ ਬੈਠੀ ਕੇ ਬੈਠ ਕੇ ਨਾ ਰੁੰਦੀ ਮੇਨਕਾ ਦੇ ਮੂੰਹ ਨਿਕਲ ਗਿਆ ਤੂੰ ਮੇਰੇ ਪਿੱਛੇ ਲੱਗੀ ਸੀ ਕਿ ਮੈਂ ਤੇਰੇ ਪਿੱਛੇ ਤੂੰ ਹੀ ਸੀ ਜਿਹਨੇ ਮੈਨੂੰ ਪੁੱਠੇ ਰਾਹ ਪਾਇਆ ਸੀ ਆਪਣੇ ਮਾਂ ਬਾਪ ਤੋਂ ਬਾਗੀ ਹੋ ਕੇ ਮੈਂ ਤੇਰੇ ਨਾਲ ਹਰ ਚੀਜ਼ ਕੁਰਬਾਨ ਕਰਤੀ ਕੀ ਖਟਿਆ ਸਵਾ ਕੇ ਖੇ ਲੋਕਾਂ ਦੇ ਘਰਾਂ ਚ ਰੁੱਲਦੀਆਂ ਮੈਂ ਵਿਆਹੀ ਵਰੀ ਹੁੰਦੀ ਤਾਂ ਅੱਜ ਦੋ ਤੀਆਂ ਪੋਤਿਆਂ ਚ ਬੈਠੀ ਨਾ ਦਿਖਦੀ ਪਰ ਤੇਰੀ ਮਿਹਰਬਾਨੀ ਕਰਕੇ ਅੱਜ ਜਿਹੜੀ ਦੁਰਦਸ਼ਾ ਚਾਂ ਉਸ ਤੇ ਸਿਰਫ ਪਛਤਾਈ ਸਕਦੀ ਆ ਕੁਝ ਕਹਿ ਨਹੀਂ ਸਕਦੀ ਕਾਸ਼ ਸਮਾਂ ਵਾਪਸ ਮੁੜ ਪਵੇ ਤੇ ਮੈਂ ਆਪਣੀ ਜ਼ਿੰਦਗੀ ਮੁੜ ਤੋਂ ਸ਼ੁਰੂ ਕਰ ਸਕਾਂ ਗਜੰਦਰ ਵੀ ਭੜਕ ਗਈ ਮੇਰੇ ਲਈ ਕਿਹੜੀ ਕੁਰਬਾਨੀ ਕੀਤੀ ਸੀ ਤੂੰ ਤੇਰਾ ਆਪਣਾ ਹੀ ਵਿਆਹ ਹੁਣ ਨਹੀਂ ਸੀ ਹੁੰਦਾ ਖੁਸਰੇ ਦਾ ਗੈਂੜੇ ਵਰਗੀ ਤਾਂ ਲੱਗਦੀ ਸੀ ਤੂੰ ਕਿਹੜਾ ਮੁੰਡਾ ਤੇਰੇ ਨਾਲ ਵਿਆਹ ਕਰਵਾਉਂਦਾ ਸੀ ਭਾਗ ਤਾਂ ਮੇਰੇ ਫੁੱਟੇ ਸੀ ਜੋ ਤੇਰੇ ਚੱਕਰ ਚ ਫਸ ਗਈ ਤੇ ਜਵਾਨੀ ਗਾੜ ਲਈ ਆਪਣੀ ਪਤਾ ਨਹੀਂ ਕਿਹੜੀ ਮਨੂਜ ਘੜੀ ਸੀ ਜਦੋਂ ਤੈਨੂੰ ਪਹਿਲੀ ਵਾਰੀ ਮਿਲੀ ਸੀ ਮੈਂ ਸਭ ਨੇ ਮਤਾਂ ਦਿੱਤੀਆਂ ਸੀ ਵੀ ਇਹਨਾਂ ਕੁੱਤੇ ਕੰਮਾਂ 'ਚ ਕੁਛ ਨਹੀਂ ਪਿਆ ਪਰ ਮੈਂ ਤੇਰੀ ਮਗਰ ਲੱਗੀ ਰਹੀ ਨਾ ਭਰਾ ਦੀ ਸੁਣੀ ਨਾ ਪਿਓ ਦੀ ਹੁਣ ਬੈਠੀ ਝਾਕਦੀਆਂ ਬਿਲ ਬਤਰੀ ਆਂ ਕੋਈ ਨਹੀਂ ਪੁੱਛਦਾ ਵੇਲਾ ਬੀਤ ਗਿਆ ਨਾ ਤੇਰੇ ਨਾਲ ਫਸਦੀ ਨਾ ਪੁੱਠੇ ਕੰਮ ਕਰਦੀ ਸੱਤ ਜਨਮਾਂ ਤੱਕ ਯਾਦ ਰਹੂ ਇਹ ਕੁੱਤਾ ਤਜਰਬਾ ਜੋ ਮੈਂ ਤੇਰੇ ਨਾਲ ਕੀਤਾ ਮੇਨਕਾ ਨੂੰ ਹੋਰ ਗੁੱਸਾ ਚੜ ਗਿਆ ਸੱਤ ਜਨਮ ਮੈਂ ਰੱਬ ਨੂੰ ਦੁਆ ਕਰਦੀ ਆ 100 ਜਨਮ ਤੱਕ ਮੈਨੂੰ ਮੁਰ ਤੇਰੀ ਸ਼ਕਲ ਨਾ ਦਿਖਾਈ ਦੇਵੇ ਕੋਈ ਮਾੜੇ ਕਰਮ ਕੀਤੇ ਸੀ ਪਿਛਲੇ ਜਨਮ 'ਚ ਜੋ ਮੈਂ ਇਸ ਜਨਮ ਚ ਤੇਰੇ ਨਾਲ ਜ਼ਿੰਦਗੀ ਬਰਬਾਦ ਕੀਤੀ ਵਰਨਾ ਮੇਰੇ ਸਾਰੇ ਭੈਣ ਭਰਾ ਐਸ਼ ਕਰਦੇ ਕੱਲੀ ਮੈਂ ਹੀ ਸਜਾਵਾਂ ਘਟ ਰਹੀਆਂ ਗਜਿੰਦਰ ਚੀਖੀ ਐਸ ਤਾਂ ਤੂੰ ਵੀ ਕਰਦੀ ਐ ਆਪਣੀ ਭੈਣ ਕੋਲ ਜਿਹਨੂੰ ਸਾਰੀ ਉਮਰ ਦੀ ਕਮਾਈ ਫੜਾਈ ਐ ਮੇਨਕਾ ਵੀ ਚੀਖੀ ਭੈਣ ਤਾਂ ਕਰਾਇਆ ਲੈਂਦੀ ਐ ਗਿਣ ਕੇ ਉੱਤੋਂ ਜੁੱਤੀਆਂ ਮਾਰਦੀ ਐ ਸਿਰ ਸੁਭਿਓਂ ਕਿਓਂ ਕਿ ਕਮਾਈ ਆਪਣੀ ਭੈਣ ਤੇ ਨਹੀਂ ਤੇਰੇ ਤੇ ਲੁੱਟਾਈ ਮੈਂ ਸਾਰੀ ਉਮਰ ਗਜਿੰਦਰ ਲੜਨ ਲਈ ਤਿਆਰ ਸੀ ਮੇਰੇ ਤੇ ਕੀ ਲੁੱਟਾਈ ਉਲਟਾ ਮੈਨੂੰ ਲੁੱਟ ਲੁੱਟ ਕੇ ਖਾਧਾ ਤੂੰ ਸਾਰਾ ਕੁਝ ਲੈ ਗਈ ਹੁੰਜ ਕੇ ਜਾਂਦੀ ਹੋਈ ਘਰ ਖਾਲੀ ਕਰ ਗਈ ਬਿੱਲ ਮੈਂ ਭਰਦੀ ਰਹੀ ਪਿੱਛੇ ਬਿਜਲੀ ਪਾਣੀ ਦੇ ਮੇਨਕਾ ਵੀ ਤਤੀ ਹੋ ਗਈ ਸੀ ਮੈਂ ਤਾਂ ਕੁਝ ਨਹੀਂ ਨਾਲ ਲੈ ਕੇ ਆਈ ਗਈ ਸਾਰਾ ਕਬਾੜਖਾਨਾ ਤੇਰੇ ਕੋਲ ਹੀ ਰਹਿ ਗਿਆ ਸੀ ਮੈਂ ਤਾਂ ਕੋਲੀ ਵੀ ਨਹੀਂ ਚੱਕੀ ਸਾਂਝੇ ਘਰ ਚੋਂ ਜੀਤੇ ਸਾਰੀ ਜ਼ਿੰਦਗੀ ਦੀ ਕਮਾਈ ਫੂਕੀ ਸੀ ਗਜੰਦਰ ਜਿਵੇਂ ਭਰੀ ਭੀਤੀ ਪਈ ਸੀ ਦੋਵੇਂ ਆਪਸ ਚ ਤੂੰ ਤੂੰ ਮੈਂ ਮੈਂ ਕਰ ਰਹੀਆਂ ਸੀ ਅਚਾਨਕ ਮੋਬਾਈਲ ਫੋਨ ਦਾ ਕਨੈਕਸ਼ਨ ਕੱਟ ਗਿਆ ਸ਼ਾਇਦ ਉਹਨਾਂ ਦੀ ਇਸ਼ਕ ਦੀ ਬੈਟਰੀ ਵਾਂਗ ਮੋਨਦੀ ਫੋਨਾਂ ਦੀ ਬੈਟਰੀ ਵੀ ਡੈਡ ਹੋ ਚੁੱਕੀ ਸੀ ਧੰਨਵਾਦ